ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਇੱਥੇ 1984 ਦੇ ਸ਼ਹੀਦਾਂ ਦੀ ਯਾਦ ਚਿੱਤਰ ਹੋਏ ਹਾਂ। ਅੱਜ ਜਿੱਥੇ ਸਾਰੀ ਦੁਨੀਆਂ ਵਿੱਚ ਵੱਸਦੇ ਸਿੱਖ ਥਾਂ ਥਾਂ 'ਤੇ 1984 ਦੀ ਅਕਹਿ ਅਤੇ ਅਸਹਿ ਯਾਦ ਨੂੰ ਦੁਬਾਰਾ ਤਾਜ਼ਾ ਕਰ ਰਹੇ ਨੇ, ਉੱਥੇ ਸਾਡਾ ਇਹ ਵੀ ਫਰਜ਼ ਬਣਦਾ ਕਿ ਅੱਜ ਦੇ ਮੌਜੂਦਾ ਹਾਲਾਤਾਂ ਦਾ ਸਾਹਮਣਾ ਕਰੀਏ ਅਤੇ ਉਹਨਾਂ ਦੇ ਮੁਤਾਬਕ ਇੱਕ ਨਵਾਂ ਐਕਸ਼ਨ ਪਲਾਨ ਘੜੀਏ। ਹੁਣ ਜੇ ਵੇਖਿਆ ਜਾਏ, ਜੂਨ 84 ਦੇ ਵਿੱਚ ਇੰਡੀਅਨ ਆਰਮੀ ਨੇ ਟੈਂਕਾਂ ਤੋਪਾਂ ਨਾਲ ਸਾਡੇ ਗੁਰਦੁਆਰੇ ਢਾਏ, 10,000 ਸਿੱਖ ਸ਼ਹੀਦ ਕੀਤੇ। ਨਵੰਬਰ ਦੇ ਵਿੱਚ ਮੈਜੋਰਿਟੀ ਕਮਿਊਨਿਟੀ ਨੇ ਸਟੇਟ ਦੀ ਹੈਲਪ ਦੇ ਨਾਲ ਦਿਨ ਦਿਹਾੜੇ ਸ਼ਰੇਆਮ ਸੜਕਾਂ 'ਤੇ ਗੋ ਗੋ ਕੇ ਸਿੱਖਾਂ ਨੂੰ ਮਾਰਿਆ, 30,000 ਸਿੱਖ ਸ਼ਹੀਦ ਕੀਤੇ। ਉਸ ਤੋਂ ਬਾਅਦ 95 ਤੱਕ ਹਿੰਦੁਸਤਾਨ ਦੀ ਫੌਜ ਔਰ ਸੁਰੱਖਿਆ ਦਲਾਂ ਨੇ ਫੜ ਫੜ ਕੇ ਮੁੰਡੇ ਨੌਜਵਾਨਾਂ ਨੂੰ ਲਗਭਗ 1,00,000 ਇਨਕਾਊਂਟਰ ਕੀਤਾ, ਇਹ ਕੰਸਰਵੇਟਿਵ ਐਸਟੀਮੇਟਸ ਨੇ। ਹੁਣ ਅੱਜ ਸੋਚਣ ਦੀ ਗੱਲ ਇਹ ਆ ਵੀ ਸਾਨੂੰ 30 ਸਾਲ ਹੋ ਗਏ ਆ ਇੰਡੀਅਨ ਕਾਉਂਸਲਰਸ ਦੇ ਮੂਹਰੇ ਮੁਜ਼ਾਹਰੇ ਕਰਦੇ ਹਾਂ ਔਰ ਇੰਟਰਨੈਸ਼ਨਲ ਮੀਡੀਆ ਦੇ ਸਾਹਮਣੇ ਆਪਦਾ ਦੁੱਖ ਜ਼ਾਹਰ ਕਰਦੇ ਹਾਂ, ਪਰ ਅਫਸੋਸ ਦੀ ਗੱਲ ਇਹ ਆ ਕਿ ਇੰਨੇ ਵੱਡੇ ਪੱਧਰ 'ਤੇ ਜ਼ੁਲਮ ਹੋਣ ਦੇ ਬਾਵਜੂਦ ਸਿੱਖ ਸੰਘਰਸ਼ ਨੂੰ ਇੰਟਰਨੈਸ਼ਨਲ ਪੱਧਰ 'ਤੇ ਉਹ ਰੈਕਗਨੀਸ਼ਨ, ਉਹ ਸਿੰਪਥੀ ਨਹੀਂ ਮਿਲ ਰਹੀ ਜੋ ਮਿਲਣੀ ਚਾਹੀਦੀ ਸੀ। ਸਾਨੂੰ ਗਲੋਬਲ ਸਟੇਜ 'ਤੇ ਉਹ ਰੈਕਗਨੀਸ਼ਨ ਨਹੀਂ ਮਿਲ ਰਹੀ ਜੋ ਹੋਰ ਸੰਘਰਸ਼ ਕਰ ਰਹੀਆਂ ਕੌਮਾਂ ਨੂੰ ਮਿਲਦੀ ਹੈ, ਜਿਵੇਂ ਕਿ ਪੈਲਸਤੀਨੀਅਨਸ, ਕਸ਼ਮੀਰੀ, ਤਾਮਿਲ, ਆਰਮੀਨੀਅਨਸ, ਜਿਨ੍ਹਾਂ ਨਾਲ ਵੀ ਇਹੋ ਜਿਹੇ ਜੈਨੋਸਾਈਡ ਹੋਏ ਆ। ਉਹਨਾਂ ਦਾ ਭਾਵੇਂ ਵੈਸਟਰਨ ਪਾਵਰਸ ਦੇ ਨਾਲ ਸਿੱਧਾ ਕੌਨਫਲਿਕਟ ਆ, ਪਰ ਉਹਨਾਂ ਦਾ ਫਿਰ ਵੀ ਇੱਥੋਂ ਦੇ ਮੀਡੀਆ ਦੇ ਵਿੱਚ ਗਲੋਬਲ ਸਟੇਜ ਦੇ ਉੱਤੇ ਇੱਕ ਆਪਦਾ ਖਾਸ ਥਾਂ ਆ, ਇੱਕ ਰੈਕਗਨੀਸ਼ਨ ਆ। ਹਾਲਾਂਕਿ ਜੋ ਕੁਝ ਸਿੱਖਾਂ ਨਾਲ ਹੋਇਆ ਉਹ ਸ਼ਾਇਦ ਕਿਸੇ ਵੀ ਕੌਮ ਨਾਲ ਨਹੀਂ ਹੋਇਆ। 1947 ਦੇ ਵਿੱਚ ਬਟਵਾਰੇ ਦੇ ਵਿੱਚ ਬੇਘਰ ਹੋਣਾ, 2.5 ਲੱਖ ਸਿੱਖਾਂ ਦਾ ਪਾਰਟੀਸ਼ਨ 'ਚ ਮਾਰੇ ਜਾਣਾ, ਉਸ ਤੋਂ ਬਾਅਦ 1984 ਦੀ ਵਿੱਚ ਆਰਮੀ ਵੱਲੋਂ ਹਜ਼ਾਰਾਂ ਸਿੱਖਾਂ ਨੂੰ ਟੈਂਕਾਂ ਤੋਪਾਂ ਨਾਲ ਸ਼ਹੀਦ ਕੀਤੇ ਜਾਣਾ, ਸੜਕਾਂ 'ਤੇ ਦਿਨ ਦਿਹਾੜੇ ਗੋ ਗੋ ਕੇ ਮਾਰੇ ਜਾਣਾ ਔਰ 10 ਸਾਲ ਨਸਲੀ ਪੱਧਰ 'ਤੇ ਕਤਲੇਆਮ ਹੋਣਾ। ਇੰਨੇ ਵੱਡੇ ਪੱਧਰ 'ਤੇ ਜ਼ੁਲਮ ਹੋਣ ਦੇ ਬਾਵਜੂਦ ਸਾਡੇ ਸੰਘਰਸ਼ ਦੀ ਗੱਲ ਕਿਉਂ ਨਹੀਂ ਚੱਲਦੀ, ਸਾਨੂੰ ਰੈਕਗਨੀਸ਼ਨ ਕਿਉਂ ਨਹੀਂ ਮਿਲਦੀ? ਇਸ ਦਾ ਇੱਕ ਬਹੁਤ ਵੱਡਾ ਔਰ ਡੂੰਘਾ ਕਾਰਨ ਇਹ ਆ ਕਿ ਸਾਡੀ ਰਵਾਇਤੀ ਲੀਡਰਸ਼ਿਪ ਔਰ ਪੰਥ ਦੇ ਇੱਕ ਵੱਡੇ ਹਿੱਸੇ ਨੇ ਗੁਲਾਮੀ ਨੂੰ ਅੰਦਰੋਂ ਅਪਣਾ ਲਿਆ। ਉਹਨਾਂ ਨੇ ਗੁਲਾਮੀ ਜਿਹੜੀ ਬਾਹਰੋਂ ਆਈ ਹੈ ਉਹ ਅੰਦਰ ਆਪ ਅਪਣਾ ਲਈ, ਇਸ ਕਾਰਨ ਉਹ ਪੰਥ ਦੇ ਦਰਦ ਨੂੰ ਸਹੀ ਤਰੀਕੇ ਮਹਿਸੂਸ ਨਹੀਂ ਕਰ ਸਕੇ ਔਰ ਅੱਗੇ ਉਹਨੂੰ ਪੇਸ਼ ਨਹੀਂ ਕਰ ਸਕੇ। ਇਸ ਦੌਰਾਨ ਉਹ ਅੰਦਰੂਨੀ ਗੁਲਾਮੀ ਕਾਰਨ ਉਹਨਾਂ ਲਈ ਜੋ ਵਾਪਰਿਆ ਉਸਦਾ ਵੱਡਾ ਸੱਚ ਉਹਨਾਂ ਨੂੰ ਨਹੀਂ ਦਿਖਦਾ, ਬਲਕਿ ਜੋ ਭਾਰਤੀ ਸਟੇਟ ਵੱਲੋਂ ਦਿੱਤੀਆਂ ਗਈਆਂ ਛੋਟੇ ਪੱਧਰ ਦੀਆਂ ਵਿਆਖਿਆਵਾਂ ਆ ਉਹਨਾਂ ਨੇ ਉਹ ਸੱਚ ਮੰਨਦੇ ਆ। ਹੁਣ ਇਹ ਇੱਕ ਹਿਊਮਨ ਪ੍ਰੋਬਲਮ ਆ, ਜਦੋਂ ਵੀ ਤੁਹਾਡੇ ਮੂਹਰੇ ਇੱਕ ਬਹੁਤ ਹੀ ਕੜਾ ਕੌੜਾ ਸੱਚ ਸਾਹਮਣੇ ਹੋਵੇ ਤੁਸੀਂ ਉਹਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਹੋ, ਕਿਉਂਕਿ ਵੱਡੇ ਅਤੇ ਕੌੜੇ ਸੱਚ ਨੂੰ ਵੇਖਣ ਵਾਸਤੇ ਦਲੇਰੀ ਚਾਹੀਦੀ ਆ। ਪਰ ਗੁਲਾਮ ਮਾਨਸਿਕਤਾ ਬੰਦਿਆਂ ਨੂੰ ਮਜਬੂਰ ਕਰ ਦਿੰਦੀ ਆ ਕਿ ਉਹ ਸੱਚ ਨੂੰ ਵੇਖਣ ਦੀ ਥਾਂ ਅੱਖਾਂ ਬੰਦ ਕਰ ਲਏ ਔਰ ਕਿਸੇ ਨਾ ਕਿਸੇ ਤਰੀਕੇ ਉਹਨੂੰ ਦਬਾਵੇ, ਔਰ ਇਸ ਕੌੜੇ ਸੱਚ ਨੂੰ ਜੋ ਕਿ ਇੱਕ ਸਦਮਾ ਹੈ, ਟਰਾਮਾ ਆ ਸਾਡੇ ਵਾਸਤੇ, ਉਹਨੂੰ ਸਪਰੈਸ ਕਰਨ ਦੀ
ਵਾਸਤੇ ਭਾਰਤੀ ਸਟੇਟ ਦੇ ਜੋ ਦੁਸ਼ਮਣ ਦਾ ਬੇਸਿਕਲੀ ਜੋ ਸਾਡਾ ਨਜ਼ਰੀਆ ਉਹ ਬਹੁਤੇ ਆਪਣੇ ਸਿੱਖਾਂ ਦਾ ਨਜ਼ਰੀਆ। ਸੋ ਅੱਜ ਸਾਡਾ ਦੁਨੀਆ ਭਰ ਵਿੱਚ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਪਾਉਣਾ, ਹਾਜ਼ਰੀ ਲਾਉਣਾ, ਇਹ ਸਮਾਗਮ ਕਰਨਾ, ਇਹਦਾ ਮਕਸਦ ਹੀ ਇਹ ਆ ਕਿ ਕੌਮ ਆਪਦੇ ਸੱਚ ਨੂੰ ਨਿਰਭੈ ਅਤੇ ਨਿਧੜਕ ਹੋ ਕੇ ਵੇਖੇ ਅਤੇ ਉਹਨੂੰ ਵੇਖ ਕੇ ਨਿਧੜਕ ਫੈਸਲੇ ਲਵੇ। ਅਸਲ 'ਚ ਸੱਚ ਇਹ ਆ ਕਿ ਸਾਡੇ ਨਾਲ ਮੈਜੋਰਿਟੀ ਕਮਿਊਨਿਟੀ ਨੇ, ਮੈਜੋਰਿਟੀ ਕਮਿਊਨਿਟੀ ਦੀ ਸਟੇਟ ਨੇ ਗਿਣੇ ਮਿੱਥੇ ਤਰੀਕੇ ਦੇ ਨਾਲ ਜੈਨੋਸਾਈਡ ਕੀਤਾ ਔਰ ਹਾਲੇ ਤੱਕ ਕਰ ਰਹੇ ਆ। ਪਰ ਜੋ ਹੋਇਆ ਔਰ ਜੋ ਹੁਣ ਤੱਕ ਹੋ ਰਿਹਾ ਉਹਦੇ ਉੱਤੇ ਉਹਨਾਂ ਨੇ ਇੱਕ ਡਿਸਟੋਰਟ ਕਰਨ ਲਈ ਆਪਦਾ ਪ੍ਰੋਪਾਗੈਂਡਾ ਪਾਇਆ ਹੋਇਆ, ਆਪਦੀ ਇਨਫੋਰਮੇਸ਼ਨ ਬਾਹਰ ਰਿਲੀਜ਼ ਕੀਤੀ ਹੋਈ ਹੈ ਔਰ ਸਾਡੇ ਬਹੁਤੇ ਬੰਦੇ ਉਹਨੂੰ ਐਕਸੈਪਟ ਕਰ ਲੈਂਦੇ ਆ। ਸੋ ਅੱਜ ਸਾਨੂੰ ਜੈਨੋਸਾਈਡ ਯਾਨੀ ਕਿ ਨਸਲਕੁਸ਼ੀ ਦੇ ਵਰਤਾਰੇ ਨੂੰ ਇੱਕ ਨਵੇਂ ਸਿਰੇ ਤੋਂ ਸਮਝਣ ਦੀ ਲੋੜ ਆ। ਪਹਿਲਾਂ ਤਾਂ ਇਹ ਸਮਝਣ ਦੀ ਲੋੜ ਆ ਵੀ ਇਹ ਹੈ ਕੀ, ਕਿ ਸਿਰਫ ਬੰਦੇ ਦੇ ਸਿਰ 'ਚ ਗੋਲੀ ਮਾਰਨਾ ਜੈਨੋਸਾਈਡ ਆ, ਕਿ ਇਹਦੇ ਨਾਲ ਕੋਈ ਇਹ ਡੂੰਘੀ ਚੀਜ਼ ਆ ਜਿਹੜੀ ਲੰਮੇ ਅਰਸੇ ਤੋਂ ਚੱਲਦੀ ਹੈ। ਹੁਣ ਸਟੇਟ ਦਾ ਨੈਰੇਟਿਵ ਇਹ ਆ ਕਿ ਕੁਛ ਪਾਰਟੀਜ਼ ਇਨਵੋਲਵ ਸੀ, ਕੁਛ ਪਰਸਨੈਲਿਟੀਜ਼ ਸੀਗੀਆਂ ਇਹੋ ਜਿਹੀਆਂ, ਸੰਤ ਜਰਨੈਲ ਸਿੰਘ, ਇੰਦਰਾ ਗਾਂਧੀ, ਕਾਂਗਰਸ, ਅਕਾਲੀ, ਇਹਨਾਂ ਦੇ ਕੌਨਫਲਿਕਟ ਕਰਕੇ ਇਹ ਐਕਸੀਡੈਂਟਲ ਵਾਇਲੈਂਸ ਹੋ ਗਿਆ। ਪਰ ਜੇ ਅਸੀਂ ਡੂੰਘਾਈ 'ਚ ਜਾਈਏ ਤਾਂ ਪਤਾ ਲੱਗਦਾ ਵੀ ਇਹ ਬਹੁਤ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਇੱਕ ਅੰਡਰ ਦਾ ਸਰਫੇਸ ਪ੍ਰੋਸੈਸ ਆ ਔਰ ਇਹ ਅਚਾਨਕ ਨਹੀਂ ਹੁੰਦਾ। ਜੈਨੋਸਾਈਡ ਕਿਤੇ ਵੀ ਵੇਖ ਲਓ ਵਰਲਡ ਦੇ ਵਿੱਚ ਅਚਾਨਕ ਨਹੀਂ ਹੁੰਦਾ, ਨਾ ਹੀ ਅਚਾਨਕ ਖਤਮ ਹੁੰਦੇ ਆ। ਇਹਨਾਂ ਨੂੰ ਚਲਾਉਣ ਲਈ ਪਹਿਲਾਂ ਇੱਕ ਕੰਸੈਂਸਸ ਬਿਲਡ ਕੀਤਾ ਜਾਂਦਾ, ਤੁਹਾਡਾ ਇੱਕ ਕੌਮ ਨੂੰ ਜਾਂ ਇੱਕ ਕਮਿਊਨਿਟੀ ਨੂੰ ਅਦਰ ਕਹਿ ਕੇ ਵੀ ਇਹ ਤਾਂ ਬਗਾਨੇ ਆ, ਇਹ ਸਾਡੇ ਨਹੀਂ, ਇਹ ਸਾਡੇ ਖਿਲਾਫ਼ ਆ। ਇੱਕ ਸਿਵਲ ਸੁਸਾਇਟੀ ਦੇ ਵਿੱਚ ਸਮਾਜਿਕ ਤੌਰ 'ਤੇ ਇੱਕ ਰਾਏ ਬਣਾਈ ਜਾਂਦੀ ਹੈ ਵੀ ਇਹ ਸਾਡੇ ਦੁਸ਼ਮਣ ਨੇ। ਉਹਦੇ ਵਿੱਚ ਪੱਤਰਕਾਰ, ਜੁਡੀਸ਼ਰੀ, ਸਕਾਲਰਸ, ਸਿਵਲ ਸੁਸਾਇਟੀ, ਪੋਲੀਟੀਸ਼ਨ ਸਾਰਿਆਂ ਦੀ ਇੱਕ ਸਹਿਮਤੀ ਬਣਦੀ ਆ ਵੀ ਇਹ ਸਾਡੇ ਖਿਲਾਫ਼ ਨੇ ਅਤੇ ਇਹਨਾਂ ਦੇ ਖਿਲਾਫ਼ ਕਰੜਾ ਐਕਸ਼ਨ ਲੈਣਾ ਚਾਹੀਦਾ। ਸੋ ਆਪਾਂ ਨੂੰ ਥੋੜ੍ਹਾ ਜਿਹਾ ਸੀਰੀਅਸਲੀ ਵੇਖਣ ਦੀ ਲੋੜ ਆ ਵੀ ਜੈਨੋਸਾਈਡ ਜਿਹੜਾ ਹੋਇਆ, ਪਹਿਲੀ ਗੱਲ ਹੋਇਆ, ਅੱਧੇ ਬੰਦੇ ਨੂੰ ਇਹ ਐਕਸੈਪਟ ਕਰਾਉਣ ਦੀ ਲੋੜ ਆ ਵੀ ਐਕਚੁਅਲੀ ਹੋਇਆ। ਪਰ ਜਿਹੜੇ ਐਕਸੈਪਟ ਕਰਦੇ ਵੀ ਆ ਉਹ ਵੀ ਇੰਡੀਅਨ ਸਟੇਟ ਦੇ ਨੈਰੇਟਿਵ ਦੇ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਰਹਿ ਕੇ ਕਰਦੇ ਆ। ਉਹ ਹੋ ਗਿਆ ਅਤੇ ਮੁੱਕ ਗਿਆ ਇਹ ਨਹੀਂ, ਉਹ ਹਾਲੇ ਵੀ ਚੱਲ ਰਿਹਾ, ਉਹਦੇ ਡਿਫਰੈਂਟ ਰੂਪ ਹਜੇ ਵੀ ਚੱਲ ਰਹੇ ਆ। ਸੋ ਦੂਸਰੀ ਗੱਲ ਆਪਾਂ ਨੂੰ ਸਮਝ ਦੀ ਲੋੜ ਆ ਵੀ ਇਹ ਪ੍ਰਗਟ ਕਿਵੇਂ ਹੁੰਦਾ ਅਤੇ ਇਹਦੀਆਂ ਕੀ ਦਿਸ਼ਾਵਾਂ ਨੇ। ਹੁਣ ਜਦੋਂ ਅਸੀਂ ਆਮ ਜੈਨੋਸਾਈਡ ਦੀ ਗੱਲ ਕਰਦੇ ਹਾਂ ਤਾਂ ਅਕਸਰ ਜੂਇਸ਼ ਹੋਲੋਕੌਸਟ ਸਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਆਉਂਦਾ ਅਤੇ ਯਹੂਦੀਆਂ ਦੇ ਦਰਦ ਤੋਂ ਅਤੇ ਉਹਨਾਂ ਦੇ ਸਫ਼ਰ ਤੋਂ ਵਿੱਚੋਂ ਸਾਨੂੰ ਬਹੁਤ ਕੁਛ ਆਪਦੀ ਹਾਲਤ ਬਾਰੇ ਸਮਝ ਆਉਂਦਾ। ਜੂਇਸ਼ ਸਿਚੁਏਸ਼ਨ ਵੀ ਸਾਡੇ ਵਰਗੀ ਸੀ, ਉਹ ਬਹੁਤ ਕੌਨਫੀਡੈਂਟ ਸੀਗੇ ਜਰਮਨੀ ਦੇ ਵਿੱਚ ਕਿ ਇੱਥੇ ਵੀ ਸਾਨੂੰ ਕੁਛ ਹੋ ਸਕਦਾ, ਇਹ ਸਾਡੇ ਆਪਦੇ ਆ, ਅਸੀਂ ਪੂਰੀ ਤਰ੍ਹਾਂ ਇਹਨਾਂ ਦੇ ਸਮਾਜ ਦੇ ਹਿੱਸੇ ਹਾਂ, ਸਾਨੂੰ ਨਹੀਂ ਇਹ ਕੁਛ ਕਹਿ ਸਕਦੇ। ਇਹੋ ਜਿਹੇ ਭੁਲੇਖੇ ਸਿੱਖਾਂ ਨੂੰ ਸੀ ਔਰ ਇਹ ਭੁਲੇਖੇ ਕਿਸੇ ਹੱਦ ਤੱਕ ਹਾਲੇ ਵੀ ਹੈਗੇ ਆ ਸਾਡੀ ਮੈਜੋਰਿਟੀ ਕਮਿਊਨਿਟੀ ਦੇ ਵਿੱਚ। ਸੋ ਇੱਕ ਤਾਂ ਇਹ ਗੱਲ ਆਪਾਂ ਨੂੰ ਸਮਝਣ ਦੀ ਲੋੜ ਆ ਵੀ ਨਸਲਕੁਸ਼ੀ ਕਦੇ ਵੀ ਅਚਾਨਕ ਸ਼ੁਰੂ ਨਹੀਂ ਹੁੰਦੀ ਅਤੇ ਨਾ ਹੀ ਅਚਾਨਕ ਖਤਮ ਹੁੰਦੀ ਆ। ਨਸਲਕੁਸ਼ੀ ਇੱਕ ਲੰਮਾ ਪ੍ਰੋਸੈਸ ਆ, ਇਹ ਲੰਮੇ ਸਮੇਂ ਤੋਂ ਇੱਕ ਸਿਮ ਦੀ ਇੱਕ ਸਮਾਜਿਕ ਅੱਗ ਆ ਜਿਸ ਦੀ ਬਹੁਗਿਣਤੀ ਦੀ ਸੈਲਫ ਅੰਡਰਸਟੈਂਡਿੰਗ ਜਿਹੜੀ ਮੈਜੋਰਿਟੀ ਕਮਿਊਨਿਟੀ ਆ ਉਹ ਆਪਦੇ ਆਪ ਦੀ ਜਿਹੜੀ ਉਹਨਾਂ ਦੀ ਸਮਝ ਆ ਉਹ ਇਸ ਵਾਇਲੈਂਸ ਇਸ ਮਾਈਨੋਰਿਟੀ ਦੇ ਨਾਲ ਵਾਇਲੈਂਸ ਕਰਨ ਦੇ ਨਾਲ ਜੁੜੀ ਹੋਈ ਆ। ਸੋ ਇਹ ਉਹਨਾਂ ਦਾ ਬਹੁਤ ਡੂੰਘਾ ਸੰਬੰਧ ਹੈ, ਕੋਈ ਐਕਸੀਡੈਂਟ ਨਹੀਂ ਗਾ ਹਿਸਟਰੀ ਦਾ। ਕਿਉਂਕਿ ਜੇ ਤੁਸੀਂ ਸੋਚੋ ਵੀ ਮੁਗਲ ਵੀ ਸੀਗੇ ਪਹਿਲਾਂ, ਬ੍ਰਿਟਿਸ਼ ਵੀ ਸੀਗੇ,
ਪਰ ਅੱਜ ਤੱਕ 1984 ਤੱਕ ਦਰਬਾਰ ਸਾਹਿਬ 'ਤੇ ਹਮਲਾ ਕਿਉਂ ਨਹੀਂ ਹੋਇਆ? 1765 ਤੋਂ ਬਾਅਦ 219 ਸਾਲ ਬਾਅਦ ਹਮਲਾ ਹੋਇਆ, ਇਹਦੀ ਕੋਈ ਇਹਦੀ ਖਾਸ ਸਿਗਨੀਫਿਕੈਂਸ ਆ? ਔਰ ਉਹ ਜੋ ਮੈਜੋਰਟੀ ਕਮਿਊਨਿਟੀ ਰੂਲ ਕਰ ਰਹੀ ਆ ਤੁਹਾਡੇ 'ਤੇ, ਉਹਦਾ ਜੋ ਰਵੱਈਆ ਆ ਬਗਾਨਿਆਂ ਨਾਲ, ਜੋ ਮਾਇਨੋਰਿਟੀ ਦੇ ਨਾਲ ਉਹਦਾ ਰਵੱਈਆ, ਉਹਦਾ ਪ੍ਰੋਸੈਸ ਆ ਪੋਲੀਟੀਕਲ ਅਤੇ ਸਪਿਰਚੁਅਲ, ਉਹਦਾ ਇੱਕ ਉਹ ਸਾਈਨ ਆ ਵੀ ਉਹ ਕਿੱਥੇ ਖੜ੍ਹੇ ਆ, ਕਿਸ ਤਰੀਕੇ ਨਾਲ ਤੁਹਾਡੇ ਨਾਲ ਡੀਲ ਕਰਦੇ। ਦੂਜੀ ਗੱਲ ਵੀ ਜਦੋਂ ਤੱਕ ਤੁਹਾਨੂੰ ਕੋਈ ਤੁਹਾਡੇ ਨਾਲ ਇਹੋ ਜਿਹਾ ਨਹੀਂ, ਤੁਹਾਨੂੰ ਇੱਕ ਇਸ ਤਰੀਕੇ ਦਾ ਟਾਰਗੇਟ ਨਹੀਂ ਬਣਾਇਆ ਜਾ ਸਕਦਾ ਵੀ ਜਿਹਦੇ ਨਾਲ ਜੋ ਮਰਜ਼ੀ ਵਾਇਲੈਂਸ ਕਰ ਲਓ ਉਹ ਜਾਇਜ਼ ਆ, ਉਦੋਂ ਤੱਕ ਇਹ ਜੈਨੋਸਾਈਡ ਨਹੀਂ ਹੁੰਦਾ। ਸੋ 84 ਦੇ ਆਉਣ ਤੋਂ ਪਹਿਲਾਂ ਦਰਬਾਰ ਸਿੱਖਾਂ ਦੇ ਬਾਰੇ ਇਹ ਜਨਰਲ ਕੰਸੈਂਸਸ ਬਣ ਚੁੱਕਿਆ ਸੀ ਕਿ ਇਹ ਦੇਸ਼ ਦੇ ਦੁਸ਼ਮਣ ਨੇ, ਇਹਨਾਂ ਨੂੰ ਮਾਰਨਾ ਚਾਹੀਦਾ, ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ। ਸੋ ਇਸ ਕੰਸੈਂਸਸ ਬਹੁਤ ਚਿਰ ਦਾ ਪਹਿਲਾਂ ਬਣ ਰਿਹਾ ਸੀ, ਔਰ ਜਦੋਂ ਇੱਕ ਬਹਾਨਾ ਮਿਲਿਆ ਵੀ ਦਰਬਾਰ ਸਾਹਿਬ ਦਾ ਜਦੋਂ ਸਿਚੁਏਸ਼ਨ ਖੜੀ ਹੋਈ, ਉਦੋਂ ਉਹਨਾਂ ਨੇ ਬਹਾਨਾ ਵਰਤ ਕੇ ਉਹ ਐਕਸਪ੍ਰੈਸ ਕੀਤਾ ਜੋ ਪਹਿਲਾਂ ਹੀ ਅੰਦਰ ਦਾ ਚੱਲ ਰਿਹਾ ਸੀ। ਸੋ ਐਂ ਇੰਦਰਾ ਗਾਂਧੀ ਦੀ ਮੌਤ ਵੇਲੇ ਵੀ ਜੇ ਸਿਰਫ ਤੁਸੀਂ ਲੋਜਿਸਟਿਕਲੀ ਦੇਖਿਆ ਜਾਵੇ ਵੀ ਮਿਨੀਮਮ ਸਟੇਟ ਵੀ ਮੰਨਦੀ ਹੈ 5000 ਸਿੱਖ ਮਰੇ, 5000 ਸਿੱਖ ਨੂੰ ਮਾਰਨ ਲਈ ਘੱਟੋ ਘੱਟ 15000 ਹਿੰਦੂ ਚਾਹੀਦਾ, ਉਹ ਬੰਦੇ ਉਹ ਸਾਰੇ 15000 ਕ੍ਰਿਮੀਨਲ ਨਹੀਂ ਹੋ ਸਕਦੇ। 15000 ਬੰਦਾ ਓਵਰਨਾਈਟ ਪ੍ਰੋਡਿਊਸ ਕਰਨਾ ਸਿਰਫ ਆਮ ਬੰਦੇ ਤੋਂ ਹੀ ਆ ਸਕਦਾ, ਉਹ ਜੇਲ੍ਹਾਂ 'ਚ ਨਹੀਂ ਕੱਢੇ ਗਏ। ਸੋ ਇਹ ਆਮ ਕਮਿਊਨਿਟੀ ਰੈਗੂਲਰ ਉੱਥੋਂ ਦੇ ਆਮ ਬੰਦਿਆਂ ਦੇ ਵਿੱਚ ਇਹ ਇੱਕ ਹੇਟਡ ਸੀਗੀ ਸਿੱਖਾਂ ਦੇ ਖਿਲਾਫ ਜਿਹੜੀ ਕਿ ਸਰਫਸ 'ਤੇ ਆਈ। ਔਰ ਸਾਡੇ ਲਈ ਇਹ ਸਮਝਣ ਦੀ ਗੱਲ ਆ ਵੀ ਇਹ ਸਰਫੇਸ 'ਤੇ ਆਉਣਾ ਇਹ ਉਹਦਾ ਅਖੀਰਲਾ ਇੱਕ ਅੰਤਿਮ ਅੰਜਾਮ ਆ। ਜੈਨੋਸਾਈਡ ਪਹਿਲਾਂ ਤੋਂ ਹੀ ਚੱਲ ਰਿਹਾ, ਤੁਹਾਡੀ ਲੈਂਗੁਏਜ ਨੂੰ, ਤੁਹਾਡੇ ਕਲਚਰ ਨੂੰ, ਤੁਹਾਡੇ ਆਰਟ ਨੂੰ, ਤੁਹਾਡੇ ਐਜੂਕੇਸ਼ਨ ਸਿਸਟਮਸ ਨੂੰ, ਤੁਹਾਡੀ ਓਵਰਆਲ ਜਿਹੜੀ ਵਰਲਡ ਵਿਊ ਨੂੰ ਉਹ ਐਕਸੈਪਟ ਨਹੀਂ ਕਰਦੇ ਵੀ ਇਹ ਲੈਜਿਟਮੈਟ ਆ ਕਿ ਨਹੀਂ। ਸੋ ਉਹ ਇੱਕ ਜੈਨੋਸਾਈਡਲ ਪ੍ਰੋਸੈਸ ਪਹਿਲਾਂ ਦਾ ਚੱਲ ਰਿਹਾ ਜਿਹੜਾ ਕਿ ਸਿਰਫ ਇੱਕ ਜਿਵੇਂ ਟਿਪ ਆਫ ਦਾ ਆਈਸਬਰਗ ਆ, ਉਹ ਜਦੋਂ ਵਾਕਈ ਐਕਚੁਅਲ ਵਾਇਲੈਂਸ ਹੁੰਦਾ ਉਦੋਂ ਸਾਹਮਣੇ ਆਉਂਦਾ। ਅਤੇ ਜਿਹੜੀ ਤੀਜਾ ਪੁਆਇੰਟ ਮੈਂ ਸ਼ੇਅਰ ਕਰਨਾ ਚਾਹੁੰਦਾ ਵੀ ਜੈਨੋਸਾਈਡ ਦੇ ਬਹੁਤ ਰੂਪ ਨੇ, ਉਹ ਸਿੱਧਾ ਵਾਇਲੈਂਸ ਵਾਲਾ ਰੂਪ ਨਹੀਂ। ਜੋ ਅੱਜ ਕੱਲ੍ਹ ਡਰੱਗਸ ਚੱਲ ਰਹੇ ਆ, ਜਿਵੇਂ ਸਾਡੀ ਐਜੂਕੇਸ਼ਨ ਦੇ ਮਿਆਰ ਭੰਨੇ ਜਾ ਰਹੇ ਆ, ਬਹੁਤ ਲੋਅ ਨੇ, ਸਾਰੇ ਇੰਡੀਆ ਦੇ ਵਿੱਚੋਂ ਵੀ ਲੋਅ ਨੇ। ਔਰ ਜੋ ਕਲਚਰਲ ਜੈਨੋਸਾਈਡ ਚੱਲ ਰਿਹਾ, ਸਾਡੀ ਜਿਹੜੀ ਰਵਾਇਤੀ ਵੈਲਿਊਜ਼ ਨੇ, ਸਪਿਰਚੁਅਲ ਵੈਲਿਊਜ਼ ਆ, ਕਲਚਰਲ ਵੈਲਿਊਜ਼ ਆ, ਉਹਨਾਂ ਨੂੰ ਡੈਸੀਮੇਟ ਕੀਤਾ ਜਾ ਰਿਹਾ, ਇਹ ਵੀ ਜੈਨੋਸਾਈਡ ਦਾ ਰੂਪ ਆ। ਅਤੇ ਅਖੀਰ 'ਚ ਮੈਨੂੰ ਇਹ ਜ਼ਰੂਰੀ ਲੱਗਦੀ ਹੈ ਗੱਲ ਵੀ ਜੈਨੋਸਾਈਡ ਨੂੰ ਸਾਨੂੰ ਇੱਦਾਂ ਸਮਝਣਾ ਚਾਹੀਦਾ ਵੀ ਇਹ ਇੱਕ ਖਾਸ ਇਵੈਂਟ ਨਹੀਂ ਸੀ, ਇਹ ਇੱਕ ਐਕਸੈਪਸ਼ਨ ਨਹੀਂ ਸੀ, ਇਹ ਨੋਰਮ ਆ। ਬਹੁਤੇ ਜੈਨੋਸਾਈਡਸ ਦਾ, ਬਹੁਤੀਆਂ ਰੇਸਿਸਟ ਅਤੇ ਫੈਸ਼ਿਸਟ ਪਾਵਰਸ ਦਾ ਜੈਨੋਸਾਈਡਲ ਤਰੀਕੇ ਹੁੰਦੇ ਆ, ਉਹਨਾਂ ਦੀ ਸਟ੍ਰੈਟਜੀ ਹੁੰਦੀ ਹੈ ਇਹ। ਸੋ ਜਿੱਥੇ ਵੀ ਰੇਸਿਜ਼ਮ ਹੁੰਦਾ ਜਾਂ ਇੱਕ ਨਸਲ ਨੂੰ ਦੂਜੀ ਨਸਲ ਨਾਲ ਮਾੜਾ ਸਮਝਿਆ ਜਾਂਦਾ ਜਾਂ ਚੰਗਾ ਸਮਝਿਆ ਜਾਂਦਾ, ਜਾਂ ਫੈਸ਼ਿਜ਼ਮ ਹੁੰਦਾ ਜਿਹਦੇ ਵਿੱਚ ਤੁਹਾਨੂੰ ਇੱਕ ਡਿਵਾਈਨ ਲਾਈਕ ਇਲਾਹੀ ਸੈਂਕਸ਼ਨ ਦਿੱਤੀ ਜਾਂਦੀ ਆ। ਹੁਣ ਮੈਜੋਰਟੀ ਕਮਿਊਨਿਟੀ ਦੇ ਵਿੱਚ ਉਹ ਇੰਟਰਪ੍ਰੀਟੇਸ਼ਨ ਹੈਗੀ ਆ ਵੀ ਸਾਡੇ ਕੋਲ ਇੱਕ ਅਪਰ ਕਾਸਟ ਬ੍ਰਾਹਮਣ ਹੋਣ ਦੇ ਨਾਤੇ ਇੱਕ ਸਪਿਰੀਓਰਿਟੀ ਆ ਸਪਿਰਚੁਅਲ ਲੈਵਲ 'ਤੇ। ਸੋ ਇਹ ਜੈਨੋਸਾਈਡ ਹਮੇਸ਼ਾ ਇੱਕ ਪੋਲੀਟੀਕਲ ਪਾਰਟ ਦਾ ਹਿੱਸਾ ਹੁੰਦਾ, ਇਸੇ ਕਰਕੇ ਇਹ ਪਾਵਰ ਨੂੰ ਹਮੇਸ਼ਾ ਹੀ ਸਿੱਖ ਰਜਿਸਟ ਕਰਦਾ ਆਇਆ। ਸੋ ਸਿੱਖ ਦੀ ਆਪਦੀ ਜਿਹੜੀ ਹੋਂਦ ਆ ਉਹ ਇਸ ਵਾਇਲੈਂਸ ਨੂੰ ਰਜਿਸਟ ਕਰਦੀ ਆ, ਸਿੱਖ ਦਾ ਐਗਜਿਸਟ ਕਰਨਾ ਹੀ ਰਜਿਸਟੈਂਸ ਆ। ਇਸੇ ਕਰਕੇ ਮੁਗਲਾਂ ਨੇ, ਬ੍ਰਿਟਿਸ਼ ਨੇ, ਔਰ ਉਸ ਤੋਂ ਬਾਅਦ ਬ੍ਰਹਮਾਨਿਕਲ ਇੰਡੀਆ ਨੇ ਸਿੱਖਾਂ ਨੂੰ ਹੱਦ ਤੋਂ ਵੱਧ ਵਾਇਲੈਂਸ ਨਾਲ ਟਾਰਗੇਟ ਕੀਤਾ, ਜਿੰਨੀ ਲੋੜ ਨਹੀਂ ਸੀ ਉਸ ਤੋਂ ਵੱਧ।
ਉਹਦਾ ਕਾਰਨ ਇਹ ਹੈ ਵੀ ਸਿੱਖ ਆਪਦੀ ਹੋਂਦ ਦੇ ਨਾਲ ਹੀ ਉਹਨਾਂ ਦੀ ਪਾਵਰ ਦੇ ਸਟਰਕਚਰ ਨੂੰ ਚੈਲੇਂਜ ਕਰਦਾ। ਔਰ ਅੱਜ ਅਸੀਂ ਹੁਣ ਸੰਤਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਹਾਂ, ਸਾਨੂੰ ਇਹ ਗੱਲ ਬਹੁਤ ਵੱਡੀ ਹੈ ਸਮਝਣ ਵਾਲੀ ਵੀ ਸੰਤਾਂ ਦੀ ਅਸਲੀ ਸ਼ਰਧਾਂਜਲੀ ਇਹੀ ਹੋਊਗੀ ਵੀ ਉਹਨਾਂ ਨੂੰ ਸਮਝਣਾ ਵੀ ਉਹਨਾਂ ਨੇ ਜੋ ਕੀਤਾ, ਜਿਸ ਤਰੀਕੇ ਉਹਨਾਂ ਨੇ ਕਿਹਾ ਨਹੀਂ ਵੀ ਪਰਫੋਰਮ ਕਰਕੇ ਵਿਖਾਇਆ, ਜਿਹੜੀ ਸਿੱਖ ਸੋਵਰੈਂਟੀ ਉਹਨਾਂ ਨੇ ਪਰਫੋਰਮ ਕਰਕੇ ਵਿਖਾਈ, ਅਤੇ ਜਿਹੜੇ ਸੋ ਕਾਲ ਸੈਂਟਰਸ ਆਫ ਪਾਵਰ ਆ, ਜਿਹੜੇ ਦੁਨਿਆਵੀ ਸੈਂਟਰਸ ਆਫ ਪਾਵਰ ਹੈ, ਸੈਂਟਰ ਸਟੇਟ ਸਟੇਟ ਪਾਵਰ, ਪੰਜਾਬ ਸਟੇਟ ਪਾਵਰ ਦੀ, ਉਹਨਾਂ ਨੇ ਹੈਲਪਲੈਸਨੈਸ ਵਿਖਾਈ। ਸੋ ਜੇ ਅਸੀਂ ਉਹਨਾਂ ਨੂੰ ਅਸਲੀ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਤਾਂ ਅਸੀਂ ਉਹਨਾਂ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਧੜਕ ਹੋ ਕੇ ਸੱਚ ਦਾ ਸਾਹਮਣਾ ਕਰਕੇ ਉਹਦੇ ਨਾਲ ਮੁਕਾਬਲਾ ਕੀਤਾ ਔਰ ਸਟੇਟ ਨੂੰ ਵਿਖਾਇਆ ਕਿ ਸਿੱਖ ਤੁਹਾਡੇ ਰੋਗ ਨੂੰ ਜਾਂ ਤੁਹਾਡੇ ਇਨਫਲੂਐਂਸ ਨੂੰ ਨਹੀਂ ਮੰਨਦਾ, ਉਹੀ ਅਸਲੀ ਸ਼ਰਧਾਂਜਲੀ ਹੋਵੇਗੀ। ਅਖੀਰ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਤੱਕ ਅੱਜ ਸਾਡੀ ਸਮੁੱਚੀ ਕੌਮ ਜੇ ਅਸੀਂ ਅਗਰੀ ਕਰਦੇ ਹਾਂ ਔਰ ਮੰਨਦੇ ਹਾਂ ਕਿ ਜੋ ਸਾਡੇ ਨਾਲ ਹੋਇਆ ਅਸੀਂ ਮੰਨਦੇ ਹਾਂ ਇਹ ਸਾਡੀ ਹਕੀਕਤ ਆ, ਉਹਨੂੰ ਫੇਸ ਕਰਦੇ ਹਾਂ, ਤਾਂ ਫਿਰ ਸਾਡਾ ਕੋਈ ਹੱਲ ਅੱਗੇ ਨਿਕਲ ਸਕਦਾ। ਔਰ ਜਦੋਂ ਤੱਕ ਸਾਨੂੰ ਦਿੱਲੀ ਦੇ ਹੁਕਮਰਾਨਾਂ ਵੱਲੋਂ ਭੇਜੇ ਟੈਂਕ ਅਤੇ ਤੋਪਾਂ ਨਾਲ ਟੱਟੇ ਹੋਏ ਅਕਾਲ ਤਖਤ ਸਾਹਿਬ ਦੀ ਤਸਵੀਰ ਦਿਖਦੀ ਰਹੇਗੀ, ਜਦੋਂ ਤੱਕ ਦਿੱਲੀ ਦੀਆਂ ਗਲੀਆਂ ਵਿੱਚ ਹਿੰਦੁਸਤਾਨੀ ਹੁਕਮਰਾਨਾਂ ਵੱਲੋਂ ਮਾਰੇ ਸਾਡੇ ਧੀਆਂ ਭੈਣਾਂ ਦੇ ਲਾਸ਼ਾਂ ਸਾਨੂੰ ਦਿਖਦੀਆਂ ਰਹਿਣਗੀਆਂ, ਜਦੋਂ ਤੱਕ ਪਵਿੱਤਰ ਪ੍ਰਕਰਮਾਂ ਦੇ ਵਿੱਚ ਨਿਰਦੋਸ਼ ਸ਼ਰਧਾਲੂਆਂ ਦੀਆਂ ਲਾਸ਼ਾਂ ਸਾਨੂੰ ਦਿਖਦੀਆਂ ਰਹਿਣਗੀਆਂ, ਉਦੋਂ ਤੱਕ ਸਾਡੇ ਸ਼ਹੀਦ ਹੋਏ ਵੀਰਾਂ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਆਸ ਬਾਕੀ ਰਹੇਗੀ। ਅਸੀਂ ਹਿੰਦੁਸਤਾਨ ਦੇ ਨਸਲੀ ਹੁਕਮਰਾਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਸਿਰ ਕਦੇ ਵੀ ਨਹੀਂ ਝੁਕਣਗੇ। ਬੋਲੇ ਸੋ ਨਿਹਾਲ ਖਾਲਸਾ, ਮੈਂ ਬੇਨਤੀ ਕਰਾਂ ਭਾਈ ਸਾਹਿਬ ਜੀਆਂ ਨੂੰ ਕਿ ਮੇਰੇ ਵੀਰ ਰਮਨਦੀਪ ਸਿੰਘ ਨੂੰ ਸਿਰੋਪਾਓ ਦੀ ਬਖਸ਼ਿਸ਼ ਜ਼ਰੂਰ ਕਰਨ, ਗੁਰੂ ਘਰ ਦੀ ਮਰਿਆਦਾ ਹੈ। ਮੈਂ ਸੰਗਤਾਂ ਨੂੰ ਬੇਨਤੀ ਕਰਦਾ